بسم الله الرحمن الرحیم یا کا نابدو و یا کا نستعین ਦਾਵਤ ਸਾਰੇ ਸੱਜਣ ਤੇ ਮਿੱਤਰਾਂ ਨੇ ਸਾਰਾ ਬੜਾ ਪ੍ਰੋਗਰਾਮ ਸਾਡਾ ਅੱਲਾ ਦੇ ਫਜ਼ਲ ਨਾਲ ਸੁਣਦੇ ਨੇ ਤੇ ਇਹ ਪਿਛਲੀ ਕਿਸ਼ਤ 9ਵੀਂ ਸੀ ਤੇ ਹੁਣ 10ਵੀਂ ਕਿਸ਼ਤ ਤੇ ਹੀਰ ਦਾ ਤੇ ਉਹਦੀ ਮਾਂ ਦਾ ਸਵਾਲ ਜਵਾਬ ਤੇ ਫਿਰ ਉਹਦੇ ਭਰਾ ਇਕੱਠੇ ਹੋ ਜਾਂਦੇ ਨੇ ਤੇ ਫਿਰ ਉਹਦਾ ਦਾ ਪਿਓ ਚੂਚਕ ਤੇ ਉਹਦੀ ਸ਼ਾਦੀ ਦੀ ਜਿਹੜੀ ਅਗੂ ਦਾਸਤਾਨ ਨੇ ਅਗੂ ਸ਼ਾਦੀ ਜਨ ਹੀਰ ਵਾਰਿਸ ਸ਼ਾਹ ਦੇ ਵਿੱਚ ਪੀਰ ਵਾਰਿਸ ਸ਼ਾਹ ਸਾਹਿਬ ਉਹਨਾਂ ਨੂੰ ਆਪਣੇ ਲਫ਼ਜ਼ਾਂ ਦੇ ਵਿੱਚ ਕਿਵੇਂ ਉਹਨਾਂ ਨੇ ਵੰਡ ਕੀਤੀ ਉਹ ਥੋੜਾ ਦੱਸਿਓ ਹਾਂ ਤਰ ਬismillah अर रहमान अर रहीम अस्सलाम वालेकुम ਸਾਰਿਆਂ ਭਰਾਵਾਂ ਬਜ਼ੁਰਗਾਂ ਨੂੰ ਮੇਰੇ ਵੱਲੋਂ ਸलाम ਤੇ ਅੱਜ ਬਿਆਨ ਉਸ ਤੋਂ ਅੱਗੇ ਕਿ ਹੀਰ ਦੀ ਮਾਂ ਸ਼ਰੀਕਾਂ ਦੇ ਮਹਿਣਿਆਂ ਤੋਂ ਤੇ ਜਸਵਾਲ ਜਵਾਬ ਹੀਰ ਦੇ ਨਾਲ ਉਹ ਜਿਹੜੇ ਕਰਦੀ ਹੈ ਤੇ ਧੀ ਨੂੰ ਫੇਰ ਸਮਝਾਉਂਦੀ ਹੈ ਤੇ ਫੇਰ ਉਹ ਸਾਰਾ ਸ਼ਰੀਕਾ ਤੇ ਕਬੀਲਾ ਬਹਿ ਕੇ ਤੇ ਉਹਦੀ ਜਿਹੜਾ ਉਹ ਮਤਾਪਕਾਉਂਦੇ ਨੇ ਮਤਾਪਕਾਉਂਦੇ ਨੇ ਕਿ ਇਹਦਾ ਹੁਣ ਕਿਵੇਂ ਇਹ ਜਿਹੜਾ ਉਹ ਕਰੀਗੇ ਅਸੀਂ ਉਸ ਤੋਂ ਅੱਗੇ ਹੁਣ ਜਨਾਬ ਜੱਗ ਤੇ ਜੂ ਹਲ ਗਈ ਹੈ ਹਾਂਜੀ ਬੰਦਵਾਸ ਕਰ ਛੜੀ ਹੈ ਹਾਂਜੀ ਜੀ ਜੀ ਤੋਂ ਲਿਖਦੇ ਨੇ ਸੈਦ ਪਾਕ ਕਿ ਹੀਰੇ ਮੀਣਾ ਲੋਕ ਸ਼ਰੀਕ ਦਿੰਦੇ ਤੇਰਾ ਵੇਖ ਕੇ ਮੰਦੜਾ ਰਾਤ ਯਾ ਕਿਲੇ ਮੋੜ ਕਰੀਰ ਦਾ ਵਾਸ ਜਿਆ ਉਨੇ ਆਖਿਆ ਸੀ ਨਾ ਕੇਲੇ ਮੋੜ ਕਰੀਰ ਦਾ ਵਾਸ ਜਿਆ ਹਾਂਜੀ ਚਿੰਤਾ ਚਿਖਾ ਬਰੋਬਰੀ ਜੀ ਫਿਰ ਕੇਲੇ ਮੋੜ ਕਰੀਰ ਹਾਂਜੀ ਉਹ ਝੂਲੇ ਤੇ ਉਹ ਪਛੇ ਅੱਛਾ ਵੇ ਫਿਰ ਚੋਟਾਂ ਸਵੇਸਰੀ ਇਹ ਜਿਹੜੇ ਜ਼ਮਾਨੇ ਦੇ ਮਿਹਣੇ ਨੇ ਨਾ ਰੰਧਾਵਾ ਸਾਹਿਬ ਹਾਂਜੀ ਇੱਥੇ ਫਿਰ ਖਾ ਜਾਂਦੇ ਨੇ ਤੇ ਇਸੇ ਕਰਕੇ ਉਹ ਮੇਰਾ ਖਿਆਲ ਇਕੱਠੇ ਹੋ ਕੇ ਨਾ ਇਹ ਜੀ ਪੀਰ ਸਾਹਿਬ ਨੇ ਜਿਹੜਾ ਆਪਣੇ ਲਫ਼ਜ਼ਾਂ ਦੇ ਵਿੱਚ ਦੱਸਿਆ ਅੱਬਾ ਉਹ ਸੋਹਣੀਆਂ ਤਸ਼ਬੀਆਂ ਦਿੱਤੀਆਂ ਜਨਾਬ ਤਸ਼ਬੀਆਂ ਦੇ ਹਿਸਾਬ ਨਾਲ ਫਿਰ ਉਹਨੇ ਸਾਰੇ ਭਰਾ ਇਕੱਠੇ ਹੋ ਕੇ ਜਿਵੇਂ ਜਿਵੇਂ ਉਹ ਇਕੱਠੇ ਹੁੰਦੇ ਨੇ ਹਾਂਜੀ ਜਿਵੇਂ ਜਿਵੇਂ ਉਹ ਮਤਾਂ ਪਕਾਂਦੇ ਨੇ ਜਿਵੇਂ ਜਿਵੇਂ ਉਹ ਆਪਸ ਵਿੱਚ ਸਲਾਹ مشورہ ਕਰਦੇ ਨੇ ਉਹ ਪੀਰ ਵਾਰਿਸ ਸ਼ਾਹ ਦੀ ਜਿਹੜੀ ਸ਼ਾਇਰੀ ਉਹਦੇ ਵਿੱਚ ਕਹਿੰਦੇ ਹੀਰੇ ਮਹਿਣਾ ਲੋਕ ਸ਼ਰੀਕ ਦਿੰਦੇ ਤੇਰਾ ਵੇਖ ਕੇ ਮੰਦੜਾ ਰਾਤਿਆ ਕੇਲੇ ਮੁੱਢ ਕਰੀਰ ਦਾ ਵਾਸ ਜਿਆ ਮੈਨੂੰ ਸਾੜਿਆ ਇਸ ਦੇ ਵਾਹ ਤਿਆ ਤੇ ਬੈਠੀ ਰਾਤ ਦਿਨ ਕੁੱਤੜੇ ਵਾਂਗ ਭੌਕੇ ਮੋਹ ਮੰਦੜਾ ਤੁੱਦ ਸਿਆਤੀਆ ਕੁਰਬਾਨ ਕਰਦੀ ਉਹਦੇ ਨਾਮ ਉਤੋਂ ਗਲ ਖੇਸ਼ ਕਬੀ ਲੜਾ ਜਾ ਤੀਆ ਤੇ ਸਾਨੂੰ ਮਿਹਣੇ ਲੋਕ ਸ਼ਰੀਕ ਦਿੰਦੇ ਵੇਖ ਤੁੱਦ ਦਾ ਮੰਦੜਾ ਰਾਤੀਆ ਮੈਂ ਤਾਂ ਬੋਲ ਨਾ ਸਕਦੀ ਨਾਲ ਤੇਰੇ ਲੋਈ ਸ਼ਰਮ ਦੀ ਲਈ ਆ ਲਾ ਤੀਆ ਇੱਕ ਚਾਕ ਦਾ ਰਾਤ ਦਿਨ ਜ਼ਿਕਰ ਰੱਖੇ ਤੇ ਮੰਗੇ ਰੱਬ ਤੋਂ ਸੁੰਝ ਸਬਾਤੀਆ ਕਹੇ ਦਿਲ ਨਾ ਮੁੜਨ ਨਨ ਮੋੜ ਹਰਗਜ਼ ਭਾਵੇਂ ਨਦੀ ਕਤੋ ਭਾਵੇਂ ਚਾਤੀਆ ਜਿਹੜੇ ਅਨਮੋੜ ਨੇ ਉਹਨਾਂ ਨੂੰ ਭਾਵੇਂ ਨਦੀ ਸੁੱਟੋ ਭਾਵੇਂ ਖੂਹ ਸੁੱਟੋ ਉਹ ਨਹੀਂ ਮੁੜਦੇ ਕਹੇ ਕਹੇ ਦਿਲ ਨਾ ਮੁੜਨ ਅਨਮੋੜ ਹਰ ਗੱਜ ਭਾਵੇਂ ਨਦੀ ਕਤੋ ਭਾਵੇਂ ਚਾਹਤੀਆ ਤੇ ਮੂੰਹ ਬੋਲ ਤ੍ਰਿਖੜੇ ਬੋਲ ਕੇ ਤੇ ਕੀ ਤਮਾਪਿਆਂ ਦਾ ਨਕਸਾ ਥੀਆ ਵਾਰਿਸ ਸ਼ਾਹ ਨੂੰ ਪੁੱਛ ਲੈ ਦੋ ਕਿ ਸਾਡੇ ਬਾਜ ਰੱਬ ਦੇ ਨਹੀਂ ਪਨਾਹ ਥੀਆ ਤੇ ਉਸਤਾਦ ਹੀਰ ਦਾ ਕਾਜ਼ੀ ਉਹ ਹੀਰ ਨੂੰ ਸਮਝਾਉਂਦਾ ਹੈ ਕਹਿੰਦਾ ਕਾਜ਼ੀ ਉਹ ਵੀ ਸਮਝਾਉਣ ਵਾਸਤੇ ਆਉਂਦਾ ਕਹਿੰਦਾ ਕਾਜ਼ੀ ਆਖਦਾ ਖੌਫ ਖੁਦਾ ਦਾ ਕਰ ਕਾਜ਼ੀ ਆਖਦਾ ਖੌਫ ਖੁਦਾ ਦਾ ਕਰ ਮਾਪੇ ਜ਼ਿੱਦ ਚੜੇ ਚਾਹ ਮਾਰਨਗੇ ਕਿ ਤੇਰੇ ਮਾਪੇ ਜ਼ਿੱਦ ਚੜ ਗਏ ਤੈਨੂੰ ਮਾਰ ਦੇਣਗੇ ਮੁੜ ਜਾ ਮੁੜ ਜਾ ਮੁੜ ਜਾ ਮੁੜ ਜਾ ਤੇ ਕਾਜ਼ੀ ਆਖਦਾ ਖੌਫ ਖੁਦਾ ਦਾ ਕਰ ਮਾਪੇ ਜ਼ਿੱਦ ਚੜੇ ਚਾਹ ਮਾਰਨਗੇ ਕਲੀ ਕਦਰ ਕਜ਼ਾ ਦੀ ਰੋਜ਼ ਕਿਆਮਤ ਤੇਰੀਆਂ ਅੱਖੀਆਂ ਵਿੱਚ ਭੰਗਾਰਨੀਗੇ ਤੇ ਜ਼ੋਰ ਆਵਰਾਂ ਦੇ ਨਾਲ ਨਾ ਜ਼ਿੱਦ ਚੱਲਦੀ ਤੇਰੇ ਚਾਕ ਚੋਬਰ ਸਭ ਮਾਰਨੀਗੇ ਮਾਂ ਬਾਪ ਦੇ ਕਹੇ ਤੂੰ ਆਕ ਜਿਹੜੇ ਉਹ ਤਾਂ ਰੋਜ਼ ਕਿਆਮਤੀ ਹਾਰਨੀਗੇ ਮਾਂ ਬਾਪ ਹਾਂ ਮਾਂ ਬਾਪ ਗੁ ਸਭ ਮਾਂ ਬਾਪ ਉਸਤਾਦ ਦੇ ਆਕ ਜਿਹੜੇ ਸੜਨ ਦੋਸਖਾਂ ਵਿੱਚ ਗਜ਼ਾਬੀ ਰੇ ਮਾਪੇ ਹਾਂਜੀ ਹੁਕਮ ਬਿਲਕੁਲ ਹਾਂਜੀ ਹੁਕਮ ਕੁਰਾਨ ਪਾਕ ਦੇ ਅੰਦਰ ਵਾ ਬਲ ਵਾਲਿਦੈਨੀ ਇਹਸਾਨਾ ਕਿ ਮਾਪੇ ਦੇ ਨਾਲ ਇਹਸਾਨ ਕਰੋ ਜਿਹੜੇ ਮਾਪੇ ਦੇ ਆਕ ਨੇ ਉਹਨਾਂ ਨੂੰ ਇਸ ਜੱਗ ਤੇ ਢੋਈਏ ਨਾ ਅਗਲੇ ਜੱਗ ਤੇ ਢੋਈਏ ਤੋਂ ਲਿਖਦੇ ਕਿ ਜ਼ੋਰ ਆਵਰਾ ਦੇ ਨਾਲ ਨਾ ਜ਼ਿੱਦ ਚਲਦੀ ਤੇਰੇ ਚਾਖ ਚੋਬਰ ਸਭ ਮਾਰਨੀਗੇ ਮਾਪੇ ਦੇ ਕਹੇ ਤੂੰ ਆਕ ਜਿਹੜੇ ਉਹ ਤਾਂ ਰੋਜ਼ ਕਿਆਮਤੀ ਹਾਰਨੀਗੇ ਤੇ ਮਾਂ ਆਖਦੀ ਲੋੜ ਖੁਦਾ ਦਾ ਜੇ ਤਿੱਖੇ ਸ਼ੋਖ ਦੀਦੇ ਤੇਰੇ ਪਾੜ ਨਹੀਂਗੇ ਵਾਰਸ ਸ਼ਾਹ ਤੂੰ ਛੱਡ ਬਰਿਆਈਆਂ ਨੂੰ ਨਹੀਂ ਅੱਗ ਦੇ ਵਿੱਚ ਚਾ ਸੜ ਨਹੀਂਗੇ ਤੇ ਹੀਰ ਕਾਜ਼ੀ ਨੂੰ ਜਵਾਬ ਦਿੰਦੀ ਏ ਅੱਛਾ ਇਹ ਤੇ ਹੀਰ ਜਿਹੜੀ ਹੈ ਨਾ ਉਹ ਕਾਜ਼ੀ ਨੂੰ ਜਵਾਬ ਦਿੰਦੀ ਏ ਹੀਰ ਵਾਰਸ ਸ਼ਾਹ ਹਾਂਜੀ ਤੇ ਕਾਜ਼ੀ ਆਸ਼ਕਾਂ ਸਿਰਾਂ ਤੋਂ ਪੰਡ ਸੁਟੀ ਕਾਜ਼ੀ ਆਸ਼ਕਾਂ ਸਿਰਾਂ ਤੋਂ ਪੰਡ ਸੁਟੀ ਮੈਂ ਤਾਂ ਸ਼ਰਮ ਦੀ ਭਾਰ ਨਾ ਲੱਧਿਆਂਗੀ ਤੇ ਖੇੜੀ ਜਾਨ ਨਾ ਕਦੀ ਕਬੂਲ ਕਰਸਾਂ ਤੋੜੇ ਮਾਰਸਣ ਸੰਗਲ ਬਧਿਆਂਗੀ ਭੁੱਲ ਜਾ ਜੇ ਦਿਲੋਂ ਰੰਝੇ ਅਟੜੇ ਨੂੰ ਤੇ ਕਿਤੇ ਢੂੰਡੜੇ ਆਪ ਨਾ ਲੱਧਿਆਂਗੀ ਅੱਜ ਮੱਕ ਅੱਜ ਮੁਖ ਮੋੜਾਂ ਭਲਕੇ ਅਸ਼ਰ ਨੂੰ ਮੈਂ ਸਾਫ ਆਸ਼ਕਾਂ ਦੀ ਵਿੱਚੋਂ ਰੱਧਿਆਂਗੀ ਤੇ ਸ਼ਹਰਤ ਜਗ ਜਹਾਨ ਦੀ ਖੁਸ਼ੀ ਮੈਨੂੰ ਸ਼ੌਰਤ ਜਗ ਜਹਾਨ ਦੀ ਖੁਸ਼ੀ ਮੈਨੂੰ ਜੇ ਤਾਂ ਰਾਜਣੇ ਦੇ ਆਸ਼ਕੋਂ ਵਦਿਆਂਗੀ ਮਜਲਿਸ ਫਾਤਿਮਾ ਦੀ ਵਿੱਚ ਵਾਰਸ ਰਾਜੇ ਚਾਕ ਵਾਲੀ ਹੀਰ ਸਦਿਆਂਗੀ ਵਾਹ ਜੀ ਵਾਹ ਜੀ ਕੈਸੀ ਕੈਸੀ ਕੈਸੇ ਸ਼ਬਦਾਂ جناب ਇਹ ਦਿੱਤੀਆਂ ਨੇ ਤੇ ਇੱਥੇ ਫਿਰ سید پاک ਉਹ ਸੋਹਣਾ ਬਿਆਨ ਲਿਖਦੇ ਨੇ ਕਿ ਤੂੰ ਜਿਹੜਾ ਆਸ਼ਕੀ ਦੀ ਗੱਲ ਜਿਸ ਮੰਦਲ ਤੇ ਕੀਤੀ ਤੂੰ ਉੱਥੇ ਇਸ਼ਕ ਦੇ ਨਾਲ ਆਸ਼ਕਾਂ ਦਾ ਕੀ ਹਾਲ ਹੋਇਆ ਤੇ سید پاک ਲਿਖਦੇ ਨੇ حال ویکھ ਤੂੰ ਆਸ਼ਿਕਾਂ ਸਾਰਿਆਂ ਦਾ ਰੱਬ نبی ਦਾ ਇਸ਼ਕ ਚਿਤਾਰਿਆ ਈ ਜਿਵੇਂ ਸ਼ੁਰੂ ਦੇ ਵਿੱਚ ਲਿਖਦੇ ਨੇ ਹਾਂਜੀ ਕਿ ਹਾਲ ਵੇਖ ਤੂੰ ਆਸ਼ਿਕਾਂ ਸਾਰਿਆਂ ਦਾ ਰੱਬ نبی ਦਾ ਇਸ਼ਕ ਚਿਤਾਰਿਆ ਈ ਆਦਮ ਹਵਾ ਬੇਇਸ਼ਤ ਥੀ ਕੱਢ ਬਾਹਰ ਵੱਡਾ ਕਹਿਰ ਤੇ ਖੂਨ ਗੁਜ਼ਾਰਿਆ ਈ ਤੇ ਭੁੱਲ ਜ਼ਿਕਰੀਏ ਲਈ ਪਨਾ ਹਿਜਮ ਆਰੀ ਨਾਲ ਚੀਰ ਕੇ ਫਾੜਿਆ ਈ ਜ਼ਿਕਰੀਆ ਅਲੈਸਲਾਮ ਪਨਾ ਲਈ ਦਰਖਤ ਦੇ ਅੰਦਰ ਤੇ ਉਹ ਦਰਖਤ ਸਣੇ ਹੀ ਉਚੀਰ ਦਿੱਤੇ ਪੁੱਲ ਜ਼ਿਕਰੀ ਲਈ ਪਨਾਇ ਜਮਾਰੀ ਨਾਲ ਉਹ ਚੀਰ ਕੇ ਫਾੜਿਆਈ ਅਸਮਾਇਲ ਨੂੰ ਬਾਪ ਨੇ ਜ਼ਬਾ ਕੀਤਾ ਚੀਖਾ ਚਾ ਖਲੀਲ ਨੂੰ ਚਾੜਿਆਈ ਤੇ ਸੁਲੇਮਾਨ ਤੇ ਪਲਕ ਵਿੱਚ ਕਹਿ ਰੋਇਆ ਸੁੱਟ ਤਖਤੋਂ ਜਾ ਉਜਾੜਿਆਈ ਮਾਰੇ हसन हुसैन ਯਜ਼ੀਦੀਆਂ ਨੇ ਅੱਗੇ ਰੱਬ ਦੇ ਹਾਲ ਪੁਕਾਰਿਆਈ ਦੁਨੀਆਦਾਰਾਂ ਦੇ ਇਸ਼ਕ ਦਾ ਹਾਲ ਦੱਸਾਂ ਦੁਨੀਆਦਾਰਾਂ ਦੇ ਇਸ਼ਕ ਦਾ ਹਾਲ ਦੱਸਾਂ ਮਿਰਜ਼ਾ ਕਾਤ ਕੱਖਾਂ ਵਿੱਚ ਸਾੜਿਆ ਈ ਚੰਦਰਬਦਨ ਮਿਆਰ ਫਰਹਾਦ ਸ਼ੀਰੀ ਜਦੋਂ ਮੋਏ ਤਾਂ ਸ਼ੁਕਰਗੁਜ਼ਾਰਿਆ ਈ ਕਾਮ ਰੂਪ ਤੇ ਦੂਸਰੀ ਕਾਮ ਲਟਾ ਤੇ ਗੋਰਾ ਜਾਮ ਦਾ ਇਸ਼ਕ ਨਤਾਰਿਆ ਈ ਰੋਡਾ ਵੱਢ ਕੇ ਡਕਰੇ ਨਦੀ ਪਾਇਆ ਅਸੂਲੀ ਚ ਆ ਮਨਸੂਰ ਨੂੰ ਚਾੜਿਆ ਈ ਤੇ ਸੱਸੀ ਪੁੰਨੂ ਸਣੇ ਜ਼ਮੀਂ ਘਰ ਕੋਈ ਸਸੀ ਪੁੰਨੂ ਸਣੇ ਜ਼ਿਮੀਰ ਕੋਈ ਵਿੱਚ ਥਲਾਂ ਦੇ ਖੂਨ ਗੁਜ਼ਾਰਿਆ ਈ ਲੈਲਾ ਮਜਨੂ ਦੇ ਤਨ ਵਿੱਚ ਦਬ ਸੋਈ ਕਾਰੂੰ ਏਠ ਜ਼ਮੀਨ ਨਿਗਾਰਿਆ ਈ ਤੇ ਸ਼ਮਸ ਢੋਲ ਝੋਕੇ ਪੱਠ ਮਾਥੀਆਂ ਦੇ ਸ਼ਮਸ ਸ਼ਮਸ ਢੋਲ ਰਾਣੀ ਸਮੀਂ ਦਾ ਢੋਲ ਸ਼ਹਜ਼ਾਦਾ ਜਿਹੜਾ ਜਿਹੜੀ ਢੋਲ ਸਮੀਂ ਦਾਸ ਤਾਂ ਜਿਹੜੀ ਹੋਈ ਹੈ ਹਾਂਜੀ ਢੋਲ ਸ਼ਹਜ਼ਾਦਾ ਤੇ ਸਮੀਂ ਰਾਣੀ ਜਿਹੜੀ ਉਹਦੇ ਕਿ ਸ਼ਮਸ ਢੋਲ ਝੋਕੇ ਪਾਠ ਮਾਛੀਆਂ ਦੇ ਭਾਈ ਸਣੇ ਮਿਸਰੀ ਪਕੜ ਤਾਰਿਆਈ ਸੋਣੀ ਡੁੱਬ ਮੋਈ ਮਈਵਾਲ ਪਿੱਛੇ ਯੂਸਫ ਖੂ ਦੇ ਵਿੱਚ ਉਤਾਰਿਆਈ ਵਾਹ ਜੀ ਤੇ ਸ਼ੇਖ ਸੁਨਾਨ ਨੇ ਇਸ਼ਕ ਪਿੱਛੇ ਸ਼ੇਖ ਸੁਨਾਨ ਸ਼ੇਖ ਸੁਨਾਨ ਨੇ ਇਸ਼ਕ ਪਿੱਛੇ ਸਾਸੀਆਂ ਦੇ ਸੂਰਾਂ ਨੂੰ ਚਾਰਿਆਈ ਆਪ ਉਹ ਨਬੈਦ ਔਰਤ ਸੀ ਇੱਕ ਤੇ ਆਪ ਕਾਮਲ ਬਲੀ ਖੁਦਾ ਦੇ ਸਾਨ ਅਬਾਦਤ گزار ਸਾਨ ਤੇ ਇੱਕ ਔਰਤ ਨਬੈਦ ਉਹਦਾ ਨਾਮ ਸੀ ਸਾਂਸੀ ਸੂਰ ਲਈ ਜਾਂਦੇ ਸੀ ਤੇ ਨਜ਼ਰ ਪਈ ਉਹ ਸਔਰਤ ਦੇ ਉੱਤੇ ਤੇ ਉਹ ਉਹਦੇ ਇਸ਼ਕ ਦੇ ਵਿੱਚ ਜਿਹੜੇ ਉਹ ਆਪ ਔਰਤ ਦੇ ਇਸ਼ਕ ਦੇ ਵਿੱਚ ਜਿਹੜਾ ਹੈ ਉਹ ਚਲੇ ਗਏ ਤੇ ਉਹਦੇ ਔਰਤ ਦੇ ਪਿੱਛੇ ਪਿੱਛੇ ਹੀ ਲੱਗ ਗਏ ਜਦੋਂ ਡੇਰਾ ਉਹਨਾਂ ਰੋਕਿਆ ਜਾ ਕੇ ਤੇ ਉਹਨਾਂ ਪੁੱਛਿਆ ਕਿ ਹਾਂ ਭਈ ਤੂੰ ਸਾਈ ਲੋਕਾ ਕਿਧਰ ਕੀ ਉਹਨਾਂ ਆਖਿਆ ਜੀ ਮੈਂ ਤੁਹਾਡੀ ਕੁੜੀ ਨਾਲ ਵਿਆਹ ਕਰਨਾ ਹੈ ਵਾਹ ਜੀ ਉਹ ਆਪ ਆਖਿਆ ਵੀ ਫਿਰ 12 ਸਾਲ ਸੂਰੀਆਂ ਚਾਰਨੀਆਂ ਬਹਿਣ ਗਿਆ 12 ਸਾਲ ਸੂਰੀਆਂ ਚਾਰ ਤੇ ਫਿਰ ਦਾਂਗੇ ਤੂੰ 12 ਸਾਲ ਸੂਰੀਆਂ ਚਾਰੀਆਂ ਉਸ ਤੋਂ ਬਾਅਦ ਉਹਨਾਂ ਦੀ ਰਸਮ ਇਹ ਸੀ ਕਿ ਜਦੋਂ ਉਹ ਜਦੋਂ ਉਹਨਾਂ ਦੇ ਕੋਈ ਜੋ ਵੀ ਵਿਆਹ ਦਾ ਸਿਸਟਮ ਸੀ ਉਹਦੇ ਵਿੱਚ ਉਹ ਸੀ ਕਿ ਉਹ ਗੋਸ਼ਤ ਜਿਹੜਾ ਹਾਂ ਉਹ ਜਿਹੜਾ ਉਹ ਗੋਸ਼ਤ ਸੂਰ ਦਾ ਜਿਹੜਾ ਸੀ ਉਹ ਉਹ ਪਕਾਦੇ ਸੀ ਤੇ ਉਹ ਕਰਦੇ ਸੀ तो जो टाइम आया तो फिर अल्लाह जात ने उत्थे तौबा मंजूर की तो थी अख थी थी थी। खुली तो उन्हें आख्या वो, थी। वो की थी थी। ये की जहान की तो आप मारी लत्त तो उठ के दौड़ पे जो रब तौबा मंजूर की थी। तो ते आप उधर गई नवैद तधर गई वो दुनिया ही हो रही निजाम ही हो रही सैयद पाक लिखते ने कि शेख सनयान ने इश्क पिछे सासियों दुरांू

ਮੇਰ ਚੂਚਕ ਨੇ ਆਪਣੀ ਬਰਾਦਰੀ ਇਕੱਠੀ ਇਕੱਠੀ ਕਰ ਲਈ ਤੇ ਇਕੱਠੀ ਕਰਕੇ ਤੇ ਉਹਨਾਂ ਸਲਾਹ مشورہ ਕੀਤਾ ਕਿ ਇਹਦਾ ਹੁਣ ਹੀਰ ਦਾ ਕੀ ਕਰੀਏ ਇਹਨੂੰ ਰਾਝੇ ਨੂੰ ਦੇ ਦਈਏ ਜਾਂ ਲਾਂਬੜੇ ਵਿਆਹ ਦਈਏ ਜਾਂ ਖੇੜਿਆਂ ਨੂੰ ਹਾਂ ਤੇ ਹਾਂ ਖੇੜਿਆਂ ਦਾ ਤੂੰ ਫਿਰ ਵਿੱਚ ਜ਼ਿਕਰ ਹੁੰਦਾ ਨਾ ਕਿ ਉਹਨਾਂ ਦਾ ਲਾਗੀ ਨਾਈ ਆਉਂਦਾ ਤਾਂ ਆਂਦ ਨੇ ਵੀ ਖੇੜੇ ਸਾਡੇ ਸਾਖ ਠੀਕ ਨੇ ਉਹਨਾਂ ਦਾ ਨਾਈ ਵੀ ਆਇਆ ਤੇ ਅਸੀਂ ਉਹਨਾਂ ਨੂੰ ਹਾਂ ਕਰ ਦਈਏ ਤੇ ਉਹ سید پاک ਲਿਖਦੇ ਨੇ ਨਵਾਰਿਸ਼ਾ ਸਾਹਿਬ ਜੋ ਲਿਖਦੇ ਨੇ ਹਾਂਜੀ ਚੂਚਕ ਸੱਦ ਭਾਈ ਪਰੇ ਲਾ ਬੈਠਾ ਕਿਤੇ ਹੀਰ ਨੂੰ ਚਾਹ ਪਰ ਨਾਹੀਏ ਜੀ ਆਖੋ ਤੇ ਰਾਝੇ ਦੇ ਨਾਲ ਵਿਆਹ ਦੇਵਾ ਆਖੋ ਤੇ ਰਾਝੇ ਦੇ ਨਾਲ ਵਿਆਹ ਦਵਾ ਅਤੇ ਲਾਂਭੜੇ ਚ ਆ ਮਕਾਈਏ ਜੀ ਹੱਥੀ ਆਪਣੀ ਕਿਤੇ ਅਸਮਾਨ ਕੀਜੇ ਜਾਨ ਬੁੱਝ ਕੇ ਲੀਕ ਨਾ ਲਾਈਏ ਜੀ ਭਾਈਆਂ ਆਖਿਆ ਚੂਚਕਾ ਇਹ ਮਸਲਤ ਅਸੀਂ ਆਖ ਦੇ ਨਾ ਸ਼ਰਮਾਈਏ ਜੀ ਸਾਡਾ ਆਖਿਆ ਜੇਕਰ ਮੰਨ ਲਈਏ ਅਸੀਂ ਖੋਲ ਕੇ ਚਾਹ ਸਣਾਈਏ ਜੀ ਵਾਰਿਸ ਸ਼ਾ ਫਕੀਰ ਪ੍ਰੇਮ ਸ਼ਾਹੀ ਹੀਰੋਸ ਤੋਂ ਪੁੱਛ ਮੰਗਾਈਏ ਜੀ ਤੇ ਭਰਾ ਜਿਹੜੇ ਨੇ ਉਹ ਵਿੱਚ ਬੋਲਦੇ ਨੇ ਹੀਰ ਦੇ ਉਹ ਆਂਦੇ ਨੇ ਕਿ ਰਾਝਿਆਂ ਨਾਲ ਨਾ ਕਦੀ ਹਸਾਕ ਕੀਤਾ ਰਾਝਿਆਂ ਨਾਲ ਨਾ ਕਦੀ ਸਾਖ ਰਾਝਿਆਂ ਨਾਲ ਨਾ ਕਦੀ ਹਸਾਕ ਕੀਤਾ ਨਹੀਂ ਦਿੱਤੀਆਂ ਅਸੀਂ ਕੁੜਮਾਈਆਂ ਉਹ ਤੇ ਕਿੱਥੋਂ ਰੁਲਦਿਆਂ ਗੋਲਿਆਂ ਆਿਆਂ ਨੂੰ ਮਿਲਣ ਇਹ ਸਿਆਲਾਂ ਦੀਆਂ ਜਾਈਆਂ ਉਹ ਤੇ ਨਾਲ ਖੇੜਿਆਂ ਦੇ ਇਹ ਸਾਖ ਕੀਜੇ ਨਾਲ ਖੇੜਿਆਂ ਦੇ ਇਹ ਸਾਖ ਕੀਜੇ ਦਿੱਤੀ ਮਸਲਤ ਸਬਨਿਆਂ ਭਾਈਆਂ ਓਏ ਭਲਿਆਂ ਸਾਕਾਂ ਦਾ ਚਾ ਸਾਖ ਕੀਜੇ ਧੁਰੋਂ ਇਹ ਜਿਉਂਦੀਆਂ ਆਈਆਂ ਓ ਤੇ ਖੇੜਾ ਸਾਖ ਚੰਗਾ ਕਿਆ ਮਨ ਸਾਡਾ ਪਿੱਛੋਂ ਫਿਰੇਗਾ ਟੂੰਡਦਾ ਜਾਈਆਂ ਏ ਵਾਰਸ ਸ਼ਾ ਅੰਗਾਰੀਆਂ ਭਖਦੀਆਂ ਹੀ ਕਿਸੇ ਵਿੱਚ ਬਰੂਦ ਚਾ ਪਾਈਆਂ ਹੀ ਹਸੀ ਕਸੀ ਹਾਂ ਤੇ ਫੇਰ ਅਗੋਂ ਜਿਹੜਾ ਉਪਰਾ ਆਖਦੇ ਨੇ ਕਿ ਖੇੜਿਆਂ ਭੇਜਿਆ ਅਸਾਂ ਤੇ ਇੱਕ ਨਾਈ ਤੇ ਕਰਨ ਮਿੰਤਾ ਚਾਹ ਇਹਸਾਨ ਕੀਜੇ ਭਰਾ ਆਂਦੇ ਨੇ ਕਿ ਖੇੜਿਆਂ ਨੇ ਸਾਡੇ ਵੱਲ ਨਾਈ ਚੋਰਿਆ ਲਾਗੀ ਘੱਲਿਆ ਹੈ ਤੇ ਅਸੀਂ ਅਸੀਂ ਹੋਵੇ ਨਾ ਹਾਂਜੀ ਤੇ ਖੇੜਿਆਂ ਖੇੜਿਆਂ ਭੇਜਿਆ ਅਸਾਂ ਤੇ ਇੱਕ ਨਾਈ ਕਰਨ ਮਿੰਤਾ ਚਾਹ ਇਹਸਾਨ ਕੀਜੇ ਭਲੇ ਜੱਟ ਬੂਏ ਉੱਤੇ ਆਣ ਬੈਠੇ ਇਹ ਛੋਕਰੀ ਇਹਨਾਂ ਨੂੰ ਦਾਨ ਕੀਜੇ ਤੇ ਅਸਾਂ ਭਾਈਆਂ ਇਹ ਸਲਾਹ ਦਿੱਤੀ ਤੇ ਕਿਹਾ ਅਸਾਂ ਦਾ ਸਭ ਪ੍ਰਮਾਨ ਕੀਜੇ ਇਹਨਾਂ ਦਮਾਂ ਦਾ ਕੁਝ ਵਸਾ ਨਾਹੀ ਅਤੇ ਬਾਹਾਂ ਦਾ ਨਾਂ ਗਮਾਨ ਕੀਜੇ ਜਿੱਥੇ ਰੱਬ ਦੇ ਨਾਮ ਦਾ ਜ਼ਿਕਰ ਆਵੇ ਤੇ ਲੱਖ ਬੇਟੀਆਂ ਚਾਹ ਕੁਰਬਾਨ ਕੀਜੇ ਵਾਰਸ਼ਾਂ ਮੀਆਂ ਨਹੀਂ ਕਰੋ ਆਕਰ ਫਰਾਉਨ ਜਿਆਂ ਵੱਲ ਤਹ ਧਿਆਨ ਕੀਜੇ ਵਾਹ ਜੀ ਵਾਹ ਵਾਹ ਜੀ ਤੇ ਈਰ ਮਾਂ ਦੇ ਨਾਲ ਇਹ ਗੁੱਸਾ ਕਰਦੀ ਏ ਇਸ ਗੱਲ ਦਾ ਹਾਂਜੀ ਗੱਲ ਦਾ ਤੇ ਮੈਂ ਤਾਪ ਲਿਖਦੇ ਨੇ ਕਿ ਰਮਾ ਦੇ ਨਾਲ ਆਏ ਲੜਨ ਲੱਗੀ ਤੁਸਾਂ ਸਾਖ ਕੀਤਾ ਨਾਲ ਜ਼ੋਰੀਆਂ ਆਂਦੇ ਮੈਂ ਤੇ ਨਹੀਂ ਜਾਣੋ ਨਾਲ ਖੇੜਿਆਂ ਆਂਦੇ ਤੇ ਭਾਵੇਂ ਲਾ ਲੈ ਜ਼ੋਰ ਹਜ਼ੂਰੀਆਂ ਦੇ ਤੇ ਕਦੋਂ ਮੰਗਿਆ ਵਰ ਮੈਂ ਆਖ ਤੇ ਤੁ ਤਬੈਰ ਕੱਢਿਓਈ ਨਾਲ ਕੁਰੀਆਂ ਆਂਦੇ ਵਾਰਸ ਸ਼ਾਮੀਆਂ ਗੰਨਾ ਚਖ ਸਾਰਾ ਹਾਂ ਓਏ ਮਜ਼ੇ ਵੱਖ ਨੇ ਪੋਰੀਆਂ ਓਏ ਪੋਰੀਆਂ ਦੇ ਵਾਹ ਜੀ ਵਾਹ ਵਾਰੰਦਾ ਵਸਾ ਵਾਰੰਦਾ ਏ ਸੀ ਸੀ ਸਾਡੀ 10ਵੀਂ ਕਿਸ਼ਤ ਸਾਡਾ ਚੈਨਲ ਏ 56 ਜਾਨੀਆਂ ਇਹਨੂੰ ਸਬਸਕ੍ਰਾਈਬ ਵੀ ਕਰੋ ਇਹਨੂੰ ਲਾਈਕ ਵੀ ਕਰੋ ਤੇ ਜਿੰਨੇ ਸੱਜਣ ਮਿੱਤਰ ਨੇ ਇਹ ਵੀਡੀਓ ਜਿਹੜੇ ਨਾ ਆਪਣੇ ਜਿੰਨੇ ਮਾਂ ਬੋਲੀ ਜ਼ੁਬਾਨ ਵਾਲੇ ਜਿੰਨੇ ਵੀ ਇਸ ਗੱਲ ਨੂੰ ਸਮਝਦੇ ਨੇ ਹੀਰਵਾਰਦ ਸ਼ਾਹ ਨੂੰ ਸਮਝਦੇ ਨੇ ਕਿ ਉਹਨਾਂ ਨੂੰ ਵੀ ਸੈਂਡ ਕਰੋ ਤੇ ਤਾਉਂਦੇ ਇਹ ਅਗਲੀ 11ਵੀਂ ਕਿਸ਼ਤ ਤੱਕ ਤੁਹਾਡਾ ਸਾਡਾ ਉਹਦੀ ਕਿਸ਼ਤ ਤੱਕ ਅੱਲਾਹ ਹਾਫਜ਼ ਰੱਬ ਰੱਖਾ ਜੀ ਰੱਬ